ਬਾਬਾ ਰਾਮਦੇਵ ਅਕਸਰ ਆਪਣੇ ਕਾਰਨਾਮਿਆਂ ਦੇ ਚਲਦੇ ਖਬਰਾਂ ਵਿੱਚ ਬਣੇ ਰਹਿੰਦੇ ਹਨ ਪਰ ਇਸ ਵਾਰ ਤਾਂ ਬਾਬਾ ਰਾਮਦੇਵ ਨੇ ਕਮਾਲ ਹੀ ਕਰ ਦਿੱਤਾ ਬਾਬਾ ਰਾਮਦੇਵ ਨੇ 2008 올림픽 ਦੇ ਰਜਤ ਪਦਕ ਜੀਤੂ ਆਂਦਰੇ ਸਟੈਡਨਿਕ ਨੂੰ ਨਾ ਸਿਰਫ ਮੁਕਾਬਲੇ ਲਈ ਚੁਣੌਤੀ ਦਿੱਤੀ ਸਗੋਂ ਉਹਨਾਂ ਨੂੰ ਚਾਰਾਂ ਖਾਨੇ ਚਿਤਕਾਰ ਦਿੱਤਾ ਬਾਬਾ ਰਾਮਦੇਵ ਨੇ ਫ੍ਰੈਂਡਲੀ ਮੈਚ ਲਈ ਆਂਦਰੇ ਦੇ ਸਾਹਮਣੇ ਚੁਣੌਤੀ ਪੇਸ਼ ਕੀਤੀ ਸੀ ਇੰਦਰਾ ਗਾਂਧੀ ਇੰਡੋਰ ਸਟੇਡੀਅਮ ਵਿੱਚ ਪ੍ਰੋ ਰੈਸਲਿੰਗ ਦੇ ਸੈਮੀਫਾਈਨਲ ਤੋਂ ਪਹਿਲਾਂ ਦੋਨਾਂ ਦਾ ਮੁਕਾਬਲਾ ਸ਼ੁਰੂ ਹੋਇਆ ਸਾਰਿਆਂ ਨੂੰ ਉਮੀਦ ਸੀ ਕਿ ਆਂਦਰੇ ਬਾਬਾ ਨੂੰ ਆਰਾਮ ਨਾਲ ਹਰਾ ਦੇਣਗੇ ਪਰ ਹੋਇਆ ਠੀਕ ਇਸ ਤੋਂ ਉਲਟ ਰਿੰਗ ਵਿੱਚ ਪੁੱਜਦੇ ਹੀ ਬਾਬਾ ਨੇ ਸਭ ਤੋਂ ਪਹਿਲਾਂ ਸੂਰਜ ਨਮਸਕਾਰ ਕੀਤਾ ਉਸ ਤੋਂ ਬਾਅਦ ਉਹ ਆਪਣੇ ਹੱਥਾਂ ਦੇ ਜ਼ੋਰ ਚੱਲੇ ਫਿਰ ਰੈਫਰੀ ਨੇ ਦੋਹਾਂ ਪਹਿਲਵਾਨਾਂ ਨੂੰ ਆਮੋ ਸਾਹਮਣੇ ਖੜਾ ਕੀਤਾ ਤੇ ਕੁਸ਼ਤੀ ਦਾ ਮੁਕਾਬਲਾ ਸ਼ੁਰੂ ਹੋ ਗਿਆ ਬਾਬਾ RAMDEV ਨੇ ਸ਼ੁਰੂ ਤੋਂ ਹੀ ਮੈਚ ਉਤੇ ਪਕੜ ਬਣਾ ਕੇ ਰੱਖੀ ਅਤੇ ਆਂਦਰੇ ਉਤੇ ਪੂਰੀ ਤਰ੍ਹਾਂ ਭਾਰੀ ਪਏ ਪੂਰੇ ਮੈਚ ਵਿੱਚ ਬਾਬਾ ਨੇ ਆਂਦਰੇ ਨੂੰ ਇੱਕ ਵੀ ਅੰਕ ਨਹੀਂ ਦਿੱਤਾ ਅੰਤ ਵਿੱਚ ਮੈਚ 12-0 ਦੇ ਅੰਦਰ ਨਾਲ ਜਿੱਤ ਲਿਆ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ